ਨਾਲ ਉੱਡਣਾ ਪੈਂਦਾ ਕਬੂਤਰ ਦੇ। ਸਿਆਲਾਂ ਦੇ ਵਿੱਚ ਸਰਪੰਚ ਸਾਹਿਬ ਖੁਰਾਕ ਕੀ ਪਾਉਣੇ ਹੋ ਜੀ? ਉਹ ਵੱਟਵੇਂ ਦਾਣੇ ਪਾਉਂਦੇ ਆ ਜੀ, ਬਾਜਰਾ ਸਰੋਂ, ਬਾਜਰਾ ਸਰੋਂ, ਹਾਂਜੀ, ਛੋਲੇ, ਛੋਲੇ, ਹਾਂ ਠੀਕ ਹੈ ਜੀ, ਤੇ ਇਹੀ ਪਾਉਣੇ ਹੋ? ਇਹੀ ਮੱਕੀ ਵੀ ਪਾ ਦਿੰਦੇ? ਮੱਕੀ ਦਲਾ ਕੇ ਪਾ ਦਿੰਦੇ, ਦਲਾ ਕੇ ਪਾਉਣੇ ਹੋ ਜੀ ਸਿਆਲੋ ਸਿਆਲ, ਜਾਨੀ ਕਿ ਇਹ ਖੁਰਾਕਾਂ ਚੱਲਦੀਆਂ। ਤੇ ਬਦਾਮ ਫਿਰ ਕਿੰਨਾ ਟਾਈਮ ਪਹਿਲਾਂ ਸ਼ੁਰੂ ਕਰਦੇ ਹੋ ਜੀ? ਅਸੀਂ ਤਾਂ ਜਦੋਂ ਬਾਹਰ ਕੱਢਣੇ ਉਦੋਂ ਕਰਦੇ ਹਾਂ, ਉਦੋਂ ਹੀ ਬੱਚ ਜੀ। ਹੁਣ ਜਿਵੇਂ ਆਪਾਂ ਕਹਿੰਦੇ ਮਹੀਨਾ ਮਹੀਨਾ ਪਹਿਲਾਂ ਪਾਈ ਜਾਂਦੇ ਆ ਬਦਾਮਾਂ ਨਾਲ ਜੇ ਉੱਡਣ ਤਾਂ ਫਿਰ ਸਰਦਾਰ ਤਾਂ ਬਾਜੀ ਨਾਲ ਜਿੱਤਣ ਦੇਣ ਜੀ। ਦੋਸਤੋ ਗੱਲ ਮੇਰੇ ਪਸੰਦ ਦੀ ਕੀਤੀ ਆ, ਪਹਿਲੀ ਵਾਰੀ ਕਿਸੇ ਬੰਦੇ ਨੇ ਜਾਨੀ ਕਿ ਐਂ ਕਿਹਾ ਵੀ ਬਦਾਮਾਂ ਨਾਲ ਜੇ ਉੱਡਦੇ ਹੋ ਤਾਂ ਹਰੇਕ ਹੀ ਡਰਿਆ ਕਰੇ, ਗੁੱਡੇ ਵੀ ਬਾਜੀਆਂ ਜਿੱਤਣ ਲੱਗ ਜਾਣ। ਬਿਲਕੁਲ ਮਿੱਤਰੋ ਸਹੀ ਗੱਲ, ਨਸਲੀ ਉੱਡਦੀ ਆ, ਇਕੱਲੇ ਬਦਾਮ ਨਹੀਂ ਉੱਡਦੇ। ਕਈ ਬੱਚ ਪਤਾ ਕੀ ਕਰਦੇ, ਵੀਹ ਵੀਹ ਪੱਚੀ ਪੱਚੀ ਤੀਹ ਤੀਹ ਬਦਾਮ ਸੁੱਟੀਆਂ ਨੇ ਕਬੂਤਰੋਂ, ਤੁੰਨੀ ਰੱਖਦੇ ਆ ਉਹ, ਇਕੱਲੇ ਬਦਾਮਾਂ ਨਾਲ ਤਾਂ ਕਬੂਤਰ ਉੱਡਦਾ। ਜੇ ਸਿਆਲਾਂ ਦੇ ਵਿੱਚ ਸਰਪੰਚ ਸਾਹਿਬ ਖੁਰਾਕ ਕੀ ਪਾਉਣੇ ਹੋ ਜੀ? ਵੱਟਵੇਂ ਦਾਣੇ ਪਾਉਂਦੇ ਆ ਜੀ, ਬਾਜਰਾ ਸਰੋਂ, ਹਾਂਜੀ, ਛੋਲੇ, ਛੋਲੇ, ਹਾਂ ਠੀਕ ਹੈ ਜੀ, ਤੇ ਇਹੀ ਪਾਉਣੇ ਹੋ? ਇਹੀ ਮੱਕੀ ਵੀ ਪਾ ਦਿੰਦੇ? ਮੱਕੀ ਦਲਾ ਕੇ ਪਾ ਦਿੰਦੇ, ਠੀਕ ਹੈ ਜੀ, ਦਲਾ ਕੇ ਪਾਉਣੇ ਜੀ ਸਿਆਲੋ ਸਿਆਲ, ਜਾਨੀ ਕਿ ਇਹ ਖੁਰਾਕਾਂ ਚੱਲਦੀਆਂ। ਤੇ ਬਦਾਮ ਫਿਰ ਕਿੰਨਾ ਟਾਈਮ ਪਹਿਲਾਂ ਸ਼ੁਰੂ ਕਰਦੇ ਹੋ? ਅਸੀਂ ਤਾਂ ਜਦੋਂ ਬਾਹਰ ਕੱਢਣੇ ਉਦੋਂ ਕਰਦੇ ਹਾਂ, ਉਦੋਂ ਹੀ ਬੱਚ ਜੀ। ਹੁਣ ਜਿਵੇਂ ਆਪਾਂ ਕਹਿੰਦੇ ਮਹੀਨਾ ਮਹੀਨਾ ਪਹਿਲਾਂ ਪਾਈ ਜਾਂਦੇ ਆ ਬਦਾਮਾਂ ਨਾਲ ਜੇ ਉੱਡਣ ਤਾਂ ਫਿਰ ਸਰਦਾਰ ਤਾਂ ਬਾਜੀ ਨਾਲ ਜਿੱਤਣ ਦੇਣ ਜੀ। ਦੋਸਤੋ ਗੱਲ ਮੇਰੇ ਪਸੰਦ ਦੀ ਕੀਤੀ ਆ, ਪਹਿਲੀ ਵਾਰੀ ਕਿਸੇ ਬੰਦੇ ਨੇ ਜਾਨੀ ਕਿ ਐਂ ਕਿਹਾ ਵੀ ਬਦਾਮਾਂ ਨਾਲ ਜੇ ਉੱਡਦੇ ਹੋ ਤਾਂ ਹਰੇਕ ਹੀ ਡਰਿਆ ਕਰੇ, ਗੁੱਡੇ ਵੀ ਬਾਜੀਆਂ ਜਿੱਤਣ ਲੱਗ ਜਾਣ। ਬਿਲਕੁਲ ਮਿੱਤਰੋ ਸਹੀ ਗੱਲ, ਨਸਲੀ ਉੱਡਦੀ ਆ, ਇਕੱਲੇ ਬਦਾਮ ਨਹੀਂ ਉੱਡਦੇ। ਕਈ ਬੱਚ ਪਤਾ ਕੀ ਕਰਦੇ, ਵੀਹ ਵੀਹ ਪੱਚੀ ਪੱਚੀ ਤੀਹ ਤੀਹ ਬਦਾਮ ਸੁੱਟੀਆਂ ਨੇ ਕਬੂਤਰ, ਉਹ ਤੁੰਨੀ ਰੱਖਦੇ ਆ।